इन्नी देर थ्रेट किया, इन्नू इन्नी देर थ्रेट किया, पौने दो साल का बच्चा, पौने दो साल का बेटा है एक, ठीक है, जेड़ा जेड़े हस्बैंड ने दरखास्तां दित्तियां, ओह दरखास्तां भी तैनूं मैं भेज देना बाऊ, ओहदे विच स्पैशल लिखा आ कि जिथे जांदी सी सिर्फ इत्थों सैन करांदा सी, बाकी चेतन बवेजा ही कंप्लेंटां लगांदा सी, ओही सब कुछ करदा सी, उन्हें बकायदा लिखा, तो इन्हें भी अपने बयान च दिता है भी मैनू सिर्फ चरिया बनाया सी, मैनू इन्ना थ्रैट सी, इन्ना डराया जांदा सी, ओह स्क्रीनशॉट हुणी दिखावां जिथे कहा तेरे चीजियां दे ओह जगह ते गोलियां पैणियां, जद अफसर ही उहनूं चेयर ते बिठा के चावां पी रहे मुस्लिम भाईचारे भी सलूट है, जेडे बाल सोती शरिया कानून चलदा एदां दे नूं शरियाम गर्दन लानी जिहड़ी चौक विच ਜਿੱਦਣ ਇਹਨਾਂ ਦੀ ਏਦਾਂ ਦੀਆਂ ਗਰਦਨਾਂ ਲੈਣੀਆਂ ਸ਼ੁਰੂ ਹੋ ਗਈਆਂ ਉਦੋਂ ਤੁਹਾਡੀ ਵੀ ਬੇਟੀ ਮੈਂ ਤੂੰ ਤੂੰ ਮੇਰੀ ਵੀ ਤੇ ਇਹ ਧੀ ਵੀ ਮਹਿਫੂਜ਼ ਹੋਏਗੀ। ਅਗਲਾ ਸਟੈਪ ਕੀ ਹੈਗਾ ਅਗਰ ਕਾਰ ਵੀ ਨਹੀਂ ਹੁੰਦੀ ਤਾਂ? ਨਹੀਂ ਹੁੰਦੀ ਤਾਂ ਇਹ ਕੁੜੀ ਤਾਂ ਬੇਟੀ ਹੈ, ਠੀਕ ਹੈ, ਜੇ ਮੈਨੂੰ ਤਾਂ ਆਪਣੀ ਜਾਨ ਦੇਣ ਤੱਕ ਪਏ, ਕਿਉਂਕਿ ਮੈਨੂੰ ਪਤਾ ਮੇਰੇ ਤੇ ਹਮਲਾ ਕਰਾਉਣਾ ਉਹਨਾਂ ਨੇ, ਮੈਨੂੰ ਮਰਵਾਉਣਾ ਪੁਲਿਸ ਵਾਲਿਆਂ ਨੇ ਵੀ, ਚਾਹੇ ਚੇਤਨ ਵੀ ਜਾਣ, ਕਿਉਂਕਿ ਮੈਂ ਉਹਨਾਂ ਨੂੰ ਲੱਗ ਰਿਹਾ ਕਿ ਮੈਂ ਇਹਦਾ ਸਾਥ ਦੇ ਰਿਹਾ ਤੇ ਮੈਂ ਦੇ ਰਿਹਾ, ਪਤਾ ਕਿਉਂ? ਆਹ ਮੇਰੇ ਗੁੱਟ ਤੇ ਰੱਖੜੀ ਬੰਨੀ ਹੈ, ਆਹ ਮੇਰੀ ਧੀ ਆ, ਮੈਂ ਇਹਦਾ ਧਰਮ ਦਾ ਭਰਾ ਹਾਂ। ਤੁਸੀਂ ਛੱਡੋ ਮਨੋਜ ਜੀ ਨੂੰ ਇੱਕ ਸਾਈਡ ਤੇ ਰੱਖਦੇ ਆ, ਉਹ ਆ ਕੇ ਧੀ ਦੇ ਨਾਲ ਹੀ ਖੜ ਜਾਓ, ਫਿਰ ਗੱਲਾਂ ਆ ਜਾਂਦੀਆਂ ਤੁਹਾਡੀਆਂ ਉੱਤੇ ਗਨਮੈਨ ਵਾਲੀਆਂ। ਮੈਂ ਇੱਕ ਠੋਕ ਕੇ ਕਹਾਂਗਾ, ਮੈਂ ਕਿਸੇ ਕੋਲ ਡਰ ਕੇ ਨਹੀਂ ਕਹਿੰਦਾ, ਕਿਉਂਕਿ ਮੈਂ ਰਹਿਣਾ ਜ਼ਰੂਰ ਆ, ਮੈਨੂੰ ਬੁਲਾਇਆ ਵੀ ਜਾਂਦਾ ਕਿ ਭਾਜੀ ਆ ਕੇ ਬੋਲੋ। ਉਹ ਮਨੋਜ ਜੀ ਦਾ ਜਿਸ ਧੀ ਨੂੰ ਇਨਸਾਫ਼ ਦਵਾ ਰਿਹਾ, ਤੁਸੀਂ ਮਨੋਜ ਜੀ ਦੇ ਨਾਲ ਲਿਖਣਾ ਧੀ ਨਾ ਆ ਕੇ ਖੜ ਜਾਓ। 73 ਦਿਨ ਹੋ ਗਏ ਆ, ਜਿਹੜੇ 73 ਦਿਨਾਂ ਦੇ ਵਿੱਚ ਤੁਸੀਂ ਵੀ ਪੱਤਰਕਾਰ ਹੋ, ਮੈਂ ਵੀ ਹਾਂ, 73 ਦਿਨਾਂ ਦੇ ਵਿੱਚ ਜਿਹੜਾ ਏਸੀਪੀ ਦੇ ਆਫਿਸ ਬੈਠਾ ਆ ਬਲਤਕਾਰ ਦਾ ਦੋਸ਼ੀ, 73 ਦਿਨਾਂ ਵਿੱਚ ਉਹਨੂੰ ਪੁਲਿਸ ਦੇ ਵੱਡੇ ਵੱਡੇ ਅਫਸਰ ਜਿਨ੍ਹਾਂ ਨੇ ਸੀਪੀ ਸਾਹਿਬ ਨੇ ਲਾਰੈਂਸ ਬਿਸ਼ਨੋਈ ਨੂੰ ਫੜਿਆ, ਠੀਕ ਹੈ, ਲਾਰੈਂਸ ਬਿਸ਼ਨੋਈ, ਅੰਮ੍ਰਿਤਪਾਲ ਨੂੰ ਵੀ ਇਹਨਾਂ ਨੇ ਅਰੈਸਟ ਪਾਈ। ਜਿਹੜੇ 73 ਦਿਨ ਹੋ ਗਏ ਆ, ਅੱਜ ਸੀਪੀ ਸਾਹਿਬ ਉਸ ਬੰਦੇ ਦਾ ਨਹੀਂ ਕੁਝ ਕਰ ਸਕੇ, ਇਸ ਮਹਿਲਾ ਦੇ ਜਵਾਬ ਪੁੱਛ ਰਹੇ ਹੋ ਕਿ ਇਹ ਇਹਨੂੰ ਜਦੋਂ ਉਹ ਤੁਹਾਨੂੰ ਪਤਾ ਉਹਨੂੰ ਕੋਈ ਵੈਪਨ ਆ, ਤੁਹਾਨੂੰ ਪਤਾ ਹੈਗਾ ਵੈਪਨ ਕੋਈ ਪਤਾ ਤੁਹਾਨੂੰ? ਅੱਛਾ ਨਹੀਂ, ਗੱਲ ਕਰੀਏ, ਤੁਸੀਂ ਕਹਿ ਰਹੇ ਹੋ ਤੁਹਾਨੂੰ ਪਤਾ ਨਹੀਂ ਮੰਗਲ ਸੂਤਰ ਪਾ ਲਵੇ, ਜੇ ਗੱਲ ਕਰੀਏ ਤਾਂ ਤੁਸੀਂ ਉਹਦੇ ਦਫ਼ਤਰ 'ਚ ਕੰਮ ਕੀਤਾ 5 ਸਾਲ ਪਹਿਲਾਂ? ਕਿੰਨੀ ਦੇਰ ਕੰਮ ਕੀਤਾ? 5 ਸਾਲ। ਇੱਕ ਮਿੰਟ ਭਾਈ, ਇੱਕ ਮਿੰਟ, ਤੁਸੀਂ ਕੰਮ ਕੀਤਾ ਨਾ ਉੱਥੇ? ਹਾਂਜੀ ਕੀਤਾ। ਤੇ ਤੁਹਾਨੂੰ ਪਤਾ ਹੋਣਾ ਵੀ ਮਤਲਬ ਉੱਥੇ ਫੋਟੋ ਵਗੈਰਾ ਹੋਰ ਸਮਾਜ ਸੇਵੀ ਦੇ ਨਾਂ ਤੇ ਵੀ ਜਾਣਿਆ ਜਾਂਦਾ, ਅਖਬਾਰਾਂ 'ਚ ਫੋਟੋ ਵੀ ਲੱਗਦੀਆਂ ਸੀ ਉਹਦੀ, ਬਕਾਇਦਾ ਉਹਦੀ ਪਤਨੀ ਦੀ ਲੱਗਦੀ ਸੀਗੀ ਫੋਟੋ, ਜਾਂ ਉਹਦੇ ਪਰਿਵਾਰ ਦੀ ਲੱਗਦੀ ਸੀ ਉਦੋਂ, ਤੁਹਾਨੂੰ ਪਤਾ ਲੱਗਿਆ ਵੀ ਇਹ ਵਿਆਹ ਹੈ? ਪੱਤਰਕਾਰ ਹੋ, ਮੈਂ ਵੀ ਹਾਂ, 73 ਦਿਨਾਂ ਦੇ ਵਿੱਚ ਜਿਹੜਾ ਏਸੀਪੀ ਦੇ ਆਫਿਸ ਬੈਠਾ ਆ ਬਲਤਕਾਰ ਦਾ ਦੋਸ਼ੀ, 73 ਦਿਨਾਂ ਵਿੱਚ ਉਹਨੂੰ ਪੁਲਿਸ ਦੇ ਵੱਡੇ ਵੱਡੇ ਅਫਸਰ ਜਿਨ੍ਹਾਂ ਨੇ ਸੀਪੀ ਸਾਹਿਬ ਨੇ ਲਾਰੈਂਸ ਬਿਸ਼ਨੋਈ ਨੂੰ ਫੜਿਆ, ਠੀਕ ਹੈ, ਲਾਰੈਂਸ ਬਿਸ਼ਨੋਈ, ਅੰਮ੍ਰਿਤਪਾਲ ਨੂੰ ਵੀ ਇਹਨਾਂ ਨੇ ਅਰੈਸਟ ਪਾਈ। ਜਿਹੜੇ 73 ਦਿਨ ਹੋ ਗਏ ਆ, ਅੱਜ ਸੀਪੀ ਸਾਹਿਬ ਉਸ ਬੰਦੇ ਦਾ ਨਹੀਂ ਕੁਝ ਕਰ ਸਕੇ, ਇਸ ਮਹਿਲਾ ਦੇ ਜਵਾਬ ਪੁੱਛ ਰਹੇ ਹੋ ਕਿ ਇਹ ਇਹਨੂੰ ਜਦੋਂ ਉਹ ਤੁਹਾਨੂੰ ਪਤਾ ਉਹਨੂੰ ਕੋਈ ਵੈਪਨ ਆ, ਤੁਹਾਨੂੰ ਪਤਾ ਹੈਗਾ ਵੈਪਨ ਕੋਈ ਪਤਾ ਤੁਹਾਨੂੰ? ਪੌਣੇ ਦੋ ਸਾਲ ਦਾ ਬੱਚਾ, ਪੌਣੇ ਦੋ ਸਾਲ ਦਾ ਬੇਟਾ ਹੈ ਇੱਕ, ਠੀਕ ਹੈ, ਜਿਹੜਾ ਇਹਦਾ ਜਿਹੜੇ ਇਹਦੇ ਹਸਬੈਂਡ ਨੇ ਦਰਖਾਸਤਾਂ ਦਿੱਤੀਆਂ, ਉਹ ਦਰਖਾਸਤਾਂ ਵੀ ਤੈਨੂੰ ਮੈਂ ਭੇਜ ਦੇਣਾ ਬਾਊ, ਉਹਦੇ ਵਿੱਚ ਸਪੈਸ਼ਲ ਲਿਖਿਆ ਆ ਕਿ ਜਿੱਥੇ ਜਾਂਦੀ ਸੀ ਸਿਰਫ ਇੱਥੋਂ ਸੈਨ ਕਰਾਉਂਦਾ ਸੀ, ਬਾਕੀ ਚੇਤਨ ਬਵੇਜਾ ਹੀ ਕੰਪਲੇਂਟਾਂ ਲਗਾਉਂਦਾ ਸੀ, ਉਹੀ ਸਭ ਕੁਝ ਕਰਦਾ ਸੀ, ਉਹਨੇ ਬਕਾਇਦਾ ਲਿਖਿਆ, ਤੇ ਇਹਨੇ ਵੀ ਆਪਣੇ ਬਿਆਨਾਂ 'ਚ ਦਿੱਤਾ ਆ ਵੀ ਮੈਨੂੰ ਸਿਰਫ ਚਰੀਆ ਬਣਾਇਆ ਸੀ, ਮੈਨੂੰ ਇੰਨਾ ਥ੍ਰੈਟ ਸੀ, ਇੰਨਾ ਡਰਾਇਆ ਜਾਂਦਾ ਸੀ, ਉਹ ਸਕਰੀਨਸ਼ੋਟ ਹੁਣੀ ਦਿਖਾਵਾਂ ਜਿੱਥੇ ਕਿਹਾ ਤੇਰੇ ਚੀਜ਼ਿਆਂ ਦੇ ਉਹ ਜਗ੍ਹਾ ਤੇ ਗੋਲੀਆਂ ਪੈਣੀਆਂ। ਮੈਡਮ ਸਵਾਲ ਤੁਹਾਡੇ ਨਾਲ ਆ, ਤੁਸੀਂ ਹਾਈ ਕੋਰਟ ਦੇ ਵਿੱਚ ਜਾ ਕੇ ਵੀ ਕਿਹਾ ਕਿ ਮੇਰਾ ਜੇ ਚੇਤਨ ਬਵੇਜੇ ਨਾਲ ਕੋਈ ਮਤਲਬ ਮੈਂ ਉਹਨੂੰ ਜਾਣਦੀ ਨਹੀਂ ਹਾਂ ਤੇ ਮੇਰਾ ਦੂਰ ਦੂਰ ਤੱਕ ਉਹਦੇ ਨਾਲ ਸੰਬੰਧ ਨਹੀਂ ਹੈ, ਤੇ ਫਿਰ ਤੁਹਾਡਾ ਕੀ ਕਹਿਣਾ ਜੀ? ਤੁਸੀਂ ਹਾਈ ਕੋਰਟ 'ਚ ਜਾ ਕੇ ਬਿਆਨ ਦੇ ਕੇ ਆਏ ਸੀਗੇ? ਦੇਖੋ ਹਾਂ, ਮੈਨੂੰ ਵੀ ਹੁਣ ਇਹ ਗੱਲ ਪਤਾ ਲੱਗੀ ਹੈ, ਲੇਕਿਨ ਉਹ ਮੈਨੂੰ ਡਰਾ ਧਮਕਾ ਕੇ ਸਿਰਫ ਸਾਈਨ ਕਰਦਾ ਸੀ, ਜਦੋਂ ਉਹਨੂੰ ਮੈਂ ਕਹਿੰਦੀ ਸੀ ਮੈਨੂੰ ਪੜ੍ਹਨ ਦੇ, ਕਹਿੰਦਾ ਸੀ ਕਿੱਦਾਂ ਪੜ੍ਹੇਂਗੀ ਤੂੰ, ਸਾਈਨ ਕਰ ਚੁੱਪ ਕਰਕੇ, ਜਾਨੋਂ ਮਾਰਨ ਦੀ ਧਮਕੀਆਂ ਦਿੰਦੀ ਸੀ, ਹੁਣ ਤੁਹਾਨੂੰ ਕੋਈ ਜਾਨੋਂ ਮਾਰਨ ਦੀ ਧਮਕੀਆਂ ਦਊਗਾ ਕਿ ਤੁਹਾਨੂੰ ਡਰ ਨਹੀਂ ਹੋਏਗਾ? ਅੱਛਾ, ਕੀ ਕਾਰਨ ਰਿਹਾ ਤੇ ਤੁਸੀਂ ਕਿਸੇ ਸੀਨੀਅਰ ਦੇ ਨਾਲ ਗੱਲਬਾਤ ਕੀਤੀ ਹੋ ਜਾਨੋਂ ਜਾਨੋਂ ਮਾਰਨ ਦੀ ਧਮਕੀ ਦਿੱਤੀ, ਕਾਰਨ ਕੀ ਸਮਝੋ ਕਾਰਵਾਈ ਨਹੀਂ ਹੋਈ ਹੁੰਦਾ? ਮੈਨੂੰ ਨਹੀਂ ਪਤਾ ਕਿ ਪੋਲੀਟੀਕਲ ਕੀ ਪਾਵਰ ਹੈ, ਕੀ ਹੈ
ਕਿ ਉਹ ਤਾਂ ਅਫਸਰਾਂ ਨੂੰ ਜਾ ਕੇ ਸ਼ਰੇਆਮ ਹੀ ਮਿਲ ਰਿਹਾ ਜਦ ਅਫਸਰ ਹੀ ਉਹਨੂੰ ਚੇਅਰ ਤੇ ਬਿਠਾ ਕੇ ਚਾਹਵਾਂ ਪੀ ਰਹੇ ਤੇ ਕੀ ਕਾਰਵਾਈ ਕਰਨਗੇ ਉਹਦੇ ਤੇ ਰਾਤੀ ਤੁਹਾਨੂੰ ਮੈਂ ਕੋ ਵੀਡੀਓ ਦਿੰਨਾ ਜਿਹੜਾ ਏਸੀਪੀ ਸੈਂਟਰਲ ਏਸੀਪੀ ਸੈਂਟਰਲ ਦੇ ਆਫਿਸ ਦੇ ਬਾਹਰ ਉਹਦੀ ਗੱਡੀ ਲੱਗੀ ਉਹਦਾ ਇੱਕ ਨੁਮਾਇੰਦਾ ਅੰਦਰ ਆਂਦਾ ਸਾਡੇ ਚੋਪੜਾ ਜੀ ਬ੍ਰੇਕਿੰਗ ਨਿਊਜ਼ ਪੰਜਾਬ ਵਾਲੇ ਬੜੇ ਮੈਂ ਕਹਿੰਦਾ ਸਾਰਿਆਂ ਤੋਂ ਐਟਮ ਮੈਂ ਉਹਨਾਂ ਨੂੰ ਸਲੂਟ ਕਰਦਾ ਉਹਨਾਂ ਨੇ ਮੈਨੂੰ ਦੱਸਿਆ ਵੀ ਚੇਤਨ ਵੇਜਾ ਏਸੀਪੀ ਸਾਹਿਬ ਦੇ ਅੰਦਰ ਆਇਆ ਪੱਤਰਕਾਰ ਬੈਠੇ ਸੀ ਕਿਉਂਕਿ ਕੱਲ ਇੱਕ ਮੰਦਬੁੱਧੀ ਲੇਡੀਜ਼ ਨਾਲ ਬਲਤਕਰਾਇਆ ਤੇ 2-24 ਘੰਟੇ ਚ ਪੁਲਿਸ ਨੇ 3 ਮੁਲਾਜ਼ਮ ਫੜ ਲਏ ਸ਼ਾਇਦ ਇਹ ਮੰਦਬੁੱਧੀ ਨਹੀਂ ਹੈ ਕਿ ਤਾਂ ਕਰਕੇ ਪੁਲਿਸ ਵਾਲਿਆਂ ਨੂੰ ਫੜ ਨਹੀਂ ਹੋ ਰਿਹਾ ਚੇਤਨ ਬਵੇਜਾ ਤੇ ਉਹਦੇ ਸਾਥੀ ਉਹ ਦੂਜੀ ਗੱਲ ਬਿਲਕੁਲ ਠੀਕ ਆ ਆ ਗੱਲ ਬਿਲਕੁਲ ਠੀਕ ਹੈ ਯਾਰ ਕਿਉਂਕਿ ਬਿਲਕੁਲ ਵੀਰੇ ਜੀ ਗੱਲ ਕਰਾਈ ਅਗਲੀ ਰਣਨੀਤੀ ਅਗਲਾ ਸਟੈਪ ਕੀ ਹੈਗਾ ਅਗਰ ਕਾਰਵਾਈ ਨਹੀਂ ਹੁੰਦੀ ਤਾਂ ਨਹੀਂ ਹੁੰਦੀ ਤਾਂ ਇਹ ਕੁੜੀ ਤਾਂ ਬੈਠੀ ਹੈ ਠੀਕ ਹੈ ਜੇ ਮੈਨੂੰ ਤਾਂ ਆਪਣੀ ਜਾਨ ਦੇ ਨਹੀਂ ਤੱਕ ਪਏ ਕਿਉਂਕਿ ਮੈਨੂੰ ਪਤਾ ਮੇਰੇ ਤੇ ਹਮਲਾ ਕਰਾਣਾ ਉਹਨਾਂ ਨੇ ਮੈਨੂੰ ਮਰਵਾਣਾ ਪੁਲਿਸ ਵਾਲਿਆਂ ਨੇ ਵੀ ਚਾਹੇ ਚੇਤਨ ਬਵੇਜਾ ਕਿਉਂਕਿ ਮੈਂ ਉਹਨਾਂ ਨੂੰ ਲੱਗ ਰਿਹਾ ਕਿ ਮੈਂ ਤਾਂ ਸਾਥ ਦੇ ਰਿਹਾ ਤੇ ਮੈਂ ਦੇ ਰਿਹਾ ਪਤਾ ਕਿਉਂ ਆ ਮੇਰੇ ਗੋਟ ਤੇ ਰਖੜੀ ਬੰਨੀ ਆ ਆ ਮੇਰੀ ਧੀ ਆ ਮੈਂ ਇਹਦਾ ਧਰਮ ਦਾ ਭਰਾ ਆ ਬਚਾਓ ਤੇ ਬੇਟੀ ਪੜਾਓ ਦਾ ਨਾਰਾ ਹਰ ਵਾਰ ਲੱਗਦਾ ਕਿ ਧੀਆਂ ਦੀ ਰੱਖਿਆ ਨਹੀਂ ਹੁੰਦੀ ਕਾਰਨ ਕੀ ਸਮਝਦੇ ਹੋ ਤੁਸੀਂ ਪਹਿਲਾਂ ਜਵਾਬ ਦਿਓ ਮੈਨੂੰ 73 ਦਿਨਾਂ ਦੇ ਵਿੱਚੋਂ ਅੱਜ ਇਸ ਧਰਨੇ ਦੀ ਗੱਲ ਆਈ ਆ ਜਾਗਦੇ ਜ਼ਮੀਰ ਵਾਲੇ ਆਏ ਆ ਤੁਸੀਂ ਵੀ ਆਏ ਆ ਕਦੀ ਇਸ ਧੀ ਪੈਣ ਲਈ ਕਿਸੇ ਨੇ ਉਹਨੂੰ ਇੱਥੇ ਜਤਿੰਦਰ ਗੋਰੇਲ ਜਿਹੜਾ ਐਫ ਆਈ ਆਰ ਦੇ ਵਿੱਚ ਜੀਵਨੀ ਵਿੱਚ ਨਾਮ ਆ ਜਿਹਨੂੰ ਨਾਮ ਦੇ ਨਹੀਂ ਕੀਤਾ ਪੰਕਜ ਗਲੋਤਾ ਰਿਸ਼ੀ ਬਸਲ ਪੰਜਾਬ ਦੇ ਸੀਦਾ ਪੱਤਰਕਾਰ ਜਿਹੜਾ ਸਾਰੀ ਬਚਾਅ ਕਰ ਰਿਹਾ ਜਤਿੰਦਰ ਗੋਰੇ ਨੇ ਇੱਥੇ ਆ ਕੇ ਸਤੀ ਉਹ ਜਿਹੜਾ ਛੱਟੀ ਮਾਤਾ ਦੇ ਲਈ ਇੱਥੇ ਧਰਨੇ ਲਾ ਰਿਹਾ ਡੀਸੀ ਦਫ਼ਤਰ ਮੋਰੇ ਤੁਸੀਂ ਸਵਾਲ ਪੁੱਛਿਆ ਵੀ ਤੁਹਾਡਾ ਤੁਸੀਂ ਕਿਸੇ ਨੇ ਪੁੱਛਿਆ ਵੀ ਤੁਹਾਡਾ ਚੇਤਨ ਵੇਚ ਵਾਲੇ ਕੇਸ ਦੇ ਵਿੱਚ ਨਾਮ ਆ ਤੁਸੀਂ ਇੱਥੇ ਛੱਟੀ ਮਾਤਾ ਜਿਹੜੀ ਪੂਜਾ ਉਹਦੇ ਲਈ ਤੁਸੀਂ ਪ੍ਰੋਟੈਕਟ ਕਰ ਰਹੇ ਹੋ ਪਰ ਇਹ ਧੀ ਕਿਸੇ ਦੀ ਮਾਤਾ ਨਹੀਂ ਇਹ ਧੀ ਕਿਸੇ ਦੀ ਭੈਣ ਨਹੀਂ ਇਹਦੇ ਲਈ ਤੁਸੀਂ ਪੁੱਛਿਆ ਵੀ ਕਿਸੇ ਨੇ ਕਿ ਜਵਾਬ ਬੈਠੀ ਨਾ ਹੋਇਆ ਉਹ ਬਾਹਰ ਬੈਠੀ ਸੀ ਧਰਨੇ ਦੇ ਜਿਹੜਾ ਉਹਦਾ ਸਾਥ ਦੇ ਰਿਹਾ ਸੀ ਉਹਦੇ ਤੇ ਪੁਲਿਸ ਨੇ ਵਰਦੀ ਪਾੜਨ ਦਾ ਇਲਜ਼ਾਮ ਲਾਤਾ ਚੱਕਣ ਉਹਨੂੰ ਪੁਲਿਸ ਆਈ ਸੀ ਨਾ ਉਹ ਪੁਲਿਸ ਨੇ ਹਮਲਾ ਕਰਨ ਦਾ ਨਹੀਂ ਗਿਆ ਸੀ ਹੁਣ ਜਦੋਂ ਚੱਕੂਗੇ ਕਿਤੇ ਨਾ ਕਿਤੇ ਹੱਥ ਪੈਰ ਵੱਜ ਜਾਂਦਾ ਵਰਦੀ ਪਾੜੀ ਉਹਦੇ ਵਰਦੀ ਪਾੜਨ ਦਾ ਪਰਚਾ ਮੈਂ ਜੇ ਦੇਤਾ ਮੇਰਾ ਉਹੀ ਸਵਾਲ ਹੈ ਆਏ ਦਿਨ ਇਹੋ ਜਿਹੇ ਮਾਮਲੇ ਦੇਖਣ ਨੂੰ ਮਿਲਦੇ ਕਾਰਵਾਈ ਨਹੀਂ ਹੁੰਦੀ ਕਿਉਂਕਿ ਪਤਾ ਕੀ ਗੱਲ ਆ ਫਿਰ ਮੈਂ ਸਮਝਦਾ ਸ਼ਰੀਆ ਕਾਨੂੰਨ ਫਿਰ ਜੇ ਮੁਸਲਮ ਭਾਈਚਾਰੇ ਨੂੰ ਵੀ ਸਲੂਟ ਹੈ ਜਿਹੜੇ ਬਾਹਰਲੇ ਸੋਤੀ ਜੇ ਸ਼ਰੀਆ ਕਾਨੂੰਨ ਚੱਲਦਾ ਏਦਾਂ ਦੇ ਨੂੰ ਸ਼ਰੀਆਮ ਗਰਦਨ ਲੈਣੀ ਜਿਹੜੀ ਚੌਂਕ ਵਿੱਚ ਜਿੱਦਣ ਇਹਨਾਂ ਦੀ ਏਦਾਂ ਦੀਆਂ ਗਰਦਨਾਂ ਲੈਣੀ ਸ਼ੁਰੂ ਹੋਈ ਗਿਆ ਉਦੋਂ ਤੁਹਾਡੀ ਵੀ ਬੇਟੀ ਮਹਿਸੂਸ ਹੋ ਤੂੰ ਮੇਰੀ ਵੀ ਤੇ ਇਹ ਧੀ ਵੀ ਮਹਿਸੂਸ ਹੋਏਗੀ 5 ਸਾਲ ਇਹਨੇ ਦਰਦ ਸਿਆ ਇਹਨੇ ਦਰਦ ਸਿਆ ਜੇ ਹੁਣ ਕਿਸੇ ਨੂੰ ਆਪਾਂ ਲਾਰਾ ਲਾ ਲਾਂਗੇ ਵੀ ਮੈਂ ਜਦੋਂ ਪਹਿਲਾਂ ਇਹਨਾਂ ਰੇਪ ਹੋਇਆ ਇਹਨੇ ਵਿਰੋਧ ਕਰਨ ਦੀ ਕੋਸ਼ਿਸ਼ ਕੀਤੀ ਡਰਾਇਆ ਵੀ ਨੂੰ ਕੰਪਲੇਨ ਨਾ ਦੇ ਮੈਂ ਤੇ ਨਾ ਕੋਈ ਵੀ ਕਿਸੇ ਤਰ੍ਹਾਂ ਦਾ ਤੈਨੂੰ ਮੈਂ ਆਪਣੀ ਇੱਜ਼ਤ ਦਊਂਗਾ ਤੇ ਨਾ ਰੱਖੂਗਾ ਫਿਰ ਬੇਟਾ ਜਦੋਂ ਗਰਭਵਤੀ ਹੋ ਜਾਂਦੀ ਆ ਫਿਰ ਇਹਨੂੰ ਕਹਿੰਦਾ ਅਬੋਸ਼ਨ ਕਰਾ ਇਹਦਾ ਇਹਨੂੰ ਕਿਹੜੇ ਕਿਹੜੇ ਰੋ ਰਹੀ ਆ ਕਿਹੜੇ ਕਿਹੜੇ ਹਸਪੀਟਲ ਲੈ ਕੇ ਗਏ ਇਹਨੂੰ ਇਹਨੂੰ ਮਾਰਨ ਦੀਆਂ ਕਿਹੜੇ ਕਿਹੜੇ ਕੋਚੀਆਂ ਚਾਲਾਂ ਚੱਲੀਆਂ ਉਹ ਸਾਰਾ ਕੁਝ ਨੇ ਦੱਸਿਆ ਲੱਗਦਾ ਧੀਆ ਸੇਫ ਨਹੀਂ ਕੋਈ ਨਹੀਂ ਕੋਈ ਧੀ ਸੇਫ ਨਹੀਂ ਆਪਾਂ ਗੱਲ ਕਰ ਰੱਖਵੇ ਤਾਂ ਕੋਈ ਧੀ ਬਾਹਰ ਨਹੀਂ ਮੈਂ ਕੋਈ ਸੇਫ ਹੀ ਨਹੀਂ ਮੇਰੇ ਕੋਲੋਂ ਸੁਣ ਲਓ ਸ਼ੋਸ਼ਣ ਹਰ ਜਗ੍ਹਾ ਹੁੰਦਾ ਚਾਹੇ ਸਰਕਾਰੀ ਜਾਂ ਪ੍ਰਾਈਵੇਟ ਵਰਕ ਆ ਆ ਭੋਲਾ ਖੜਾ ਇਹਦਾ ਦੂਜੀ ਗੱਲ ਤੁਸੀਂ ਵੱਡੇ ਭਾਜੀ ਗੱਲ ਕੀਤੀ ਸੀਗੀ ਇੱਕ ਮੈਂ ਤੁਹਾਡੀ ਗੱਲ ਕਰਦਾ ਭਰਾਓ ਤੁਸੀਂ ਵੱਡੇ ਤੁਸੀਂ ਜਦੋਂ ਕਿਹਾ ਵਾ ਨਾ ਤੁਸੀਂ ਜਦੋਂ ਜਾ ਕੇ ਉੱਥੇ ਕਿਹਾ ਹਾਈ ਕੋਰਟ ਦੇ ਵਿੱਚ ਜਾ ਕੇ ਕਿਹਾ ਕਿ ਮੇਰਾ ਚੇਤਨ ਬਵੇਜੇ ਦੇ ਨਾਲ ਕੋਈ ਨਾਤਾ ਨਹੀਂਗਾ ਭਾਈ ਰਾਸਤੇ ਦੇ ਵਿੱਚ ਕਿਸੇ ਨਾਲ ਲੁੱਟ ਖੋ ਹੁੰਦੀ ਹੈ ਜਦੋਂ ਕਿਸੇ ਦੀ ਗਰਦਨ ਤੇ ਦਾਤ ਰੱਖਿਆ ਜਾਂਦਾ ਹੈ ਨਾ ਭਾਜੀ ਉਹ ਆਪਣਾ ਸਾਰਾ ਕੁਝ ਖੋਲ ਕੇ ਦੇ ਦਿੰਦਾ ਕਿ ਭਰਾ ਇੱਥੇ ਵੀ ਲੁਕੋਏ ਆ ਇੱਥੇ ਵੀ ਲੁਕੋਏ ਆ ਜੇ ਕਿਸੇ ਪਾਸੇ ਉਹਦੇ ਕੋਲ ਪੈਸੇ ਰਹਿ ਜਾਣ ਨਾ ਉਹਨੂੰ ਪਤਾ ਦਾਤ ਵੱਜਣਾ ਤੇ ਭਾਜੀ ਇਹ ਧੀ ਹੈ ਇਹਦੇ 3 ਰੂਪ ਨਹੀਂ 4-4 ਰੂਪ ਨੇ ਭਾਜੀ ਠੀਕ ਆ ਕੈਮਰੇ ਮੋਹਰੇ ਕਹਿ ਰਿਹਾ ਜਦੋਂ 6 ਸਾਲ ਦੀ 8 ਸਾਲ ਦੀ ਅੱਜ ਮੈਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਨਾ ਚਾਹਾਂਗਾ ਕਿ ਜਿਹੜੇ ਕਹਿੰਦੇ ਆ ਕਿ ਮਨੋਜ ਹੀਰਾ ਸਾਨੂੰ ਟਾਰਗੇਟ ਕਰਦਾ ਉਹ ਅੱਜ ਤਾਂ ਮਨੋਜ ਹੀਰਾ ਕਿਸੇ ਧੀ ਨੂੰ ਇਨਸਾਫ ਦਿਵਾਉਣ ਦੀ ਗੱਲ ਕਰਦਾ ਤੁਸੀਂ ਛੱਡੋ ਮਨੋਜ ਹੀਰੇ ਨੂੰ ਇੱਕ ਸਾਈਡ ਤੇ ਰੱਖਦੇ ਆ ਉਹ ਆ ਕੇ ਧੀ ਦੇ ਨਾਲ ਹੀ ਖੜ ਜਾਓ ਫਿਰ ਗੱਲਾਂ ਆ ਜਾਂਦੀਆਂ ਤੁਹਾਡੀਆਂ ਉੱਤੇ ਗਨਮੈਨ ਵਾਲੀਆਂ ਮੈਂ ਇੱਕ ਠੋਕ ਕੇ ਕਹਾਂਗਾ ਮੈਂ ਕਿਸੇ ਕੋਲ ਡਰ ਕੇ ਨਹੀਂ ਕਹਿੰਦਾ ਕਿਉਂਕਿ ਮੈਂ ਰਹਿਣਾ ਜ਼ਰੂਰ ਆ ਮੈਨੂੰ ਬੁਲਾਇਆ ਵੀ ਜਾਂਦਾ ਕਿ ਭਾਜੀ ਆ ਕੇ ਬੋਲੋ ਉਹ ਮਨੋਜ ਹੀਰਾ ਜਿਸ ਧੀ ਨੂੰ ਇਨਸਾਫ ਦਿਵਾ ਰਿਹਾ ਤੁਸੀਂ ਮਨੋਜ ਹੀਰੇ ਨਾਲ ਹੀ ਖੜਨਾ ਧੀ ਨਾਲ ਆ ਕੇ ਖੜ ਜਾਓ ਮੈਂ ਬਾਕੀ ਕਹਾਂਗਾ ਕਿ ਇਹ ਸ਼ਿਵ ਸੈਨਾ ਦੇ ਆਗੂ ਨੇ ਜਾਂ ਇਹ ਕਿਸੇ ਪਾਰਟੀ ਦੇ ਆਗੂ ਨੇ ਜਾਂ ਇਹ ਕੋਈ ਸਮਾਜ ਸੇਵੀ ਨੇ ਮੈਂ ਬੜਿਆਂ ਦੇ ਸਮਾਜ ਸੇਵੀਆਂ ਦੇ ਭਾਜੀ ਚਿਹਰੇ ਦੇਖਦਾ ਮੋਬਾਈਲ ਦੇ ਉੱਤੇ